श्री अमृतसर साहिब दे रंजीत एवेन्यू पुलिस ने एक अजिहे फर्जी ट्रैवल एजेंट नूं गिरफ्तार करन दा दावा कीता है जो लोकां नूं विदेश भेजण दे नां ते पूरी तरह ठगदा सी। पुलिस ने जसवंत सिंह नां दे इस ट्रैवल एजेंट कोलों 5 पासपोर्ट भी बरामद कीते ने जो लोकां नूं झांसे विच लै के उहनां कोलों मोटी रकम वसूलदा सी। फिलहाल पुलिस ने इस ट्रैवल एजेंट खिलाफ मामले दी जांच शुरू कर दित्ती है। ਇਹ ਜੀ ਕਮਲਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਵਰਪਾਲ ਪਿੰਡ ਦੇ ਬਿਆਨ ਦਿੱਤੇ ਵੀ ਇੱਕ ਜਸਵੰਤ ਨਾਂ ਦਾ ਏਜੰਟ ਹੈ ਜੋ ਰਣਜੀਤ ਹੈ ਉਹਨੂੰ ਦੇ ਏਰੀਏ ਵਿੱਚ ਘੁੰਮ ਫਿਰ ਕੇ ਲੋਕਾਂ ਨੂੰ ਵਰਗਲਾ ਕੇ ਬਾਹਰ ਭੇਜਣ ਦਾ ਝਾਂਸਾ ਦੇ ਕੇ ਅਤੇ ਠੱਗੀਆਂ ਮਾਰ ਰਿਹਾ, ਜਿਸ 'ਤੇ ਮੁਕੱਦਮਾ ਨੰਬਰ 42 ਅੰਡਰ ਸੈਕਸ਼ਨ 420 ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ। ਦੌਰਾਨੇ ਤਫਤੀਸ਼ ਜਸਵੰਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਉਹਦੀ ਗੱਡੀ ਦੀ ਈਓਨ ਗੱਡੀ ਦੀ ਡੈਸ਼ਬੋਰਡ ਵਿੱਚੋਂ 5 ਪਾਸਪੋਰਟ ਬਰਾਮਦ ਕੀਤੇ ਗਏ ਆ ਅਤੇ ਇਸ ਕਰਕੇ ਇਹਦੇ 'ਚ 13 ਆਫ ਦਾ ਪੰਜਾਬ ਪ੍ਰੀਵੈਂਸ਼ਨ ਆਫ ਹਿਊਮਨ ਸਮਗਲਿੰਗ ਐਕਟ ਦਾ ਜੁਰਮ ਦਾ ਵਾਧਾ ਕੀਤਾ ਗਿਆ ਹੈ। ਅਤੇ ਕਿਉਂਕਿ ਇਹ ਤਫਤੀਸ਼ ਇੱਕ ਜੀਓ ਰੈਂਕ ਦਾ ਅਧਿਕਾਰੀ ਹੀ ਕਰ ਸਕਦਾ, ਹੁਣ ਅਗਲੀ ਤਫਤੀਸ਼ DSP ਨੌਰ ਸਾਹਿਬ ਕਰ ਰਹੇ ਨੇ ਜੀ। ਅਜੇ ਤਫਤੀਸ਼ ਜਾਰੀ ਹੈ ਜੀ, ਅਜੇ ਕੁਝ ਮੁੱਢਲੀ ਪੜਤਾਲ ਤੋਂ ਇਹੀ ਗੱਲ ਸਾਹਮਣੇ ਆਈ ਵੀ ਕੋਲ ਪਾਸਪੋਰਟ ਬਰਾਮਦ ਗਏ ਅਤੇ ਲੋਕਾਂ ਤੋਂ ਇਹ ਠੱਗੀਆਂ ਮਾਰੀਆਂ ਨੇ ਇਹਨੇ, ਅਤੇ ਬਾਕੀ ਤਫਤੀਸ਼ ਆਪੇ ਹੌਲੀ ਹੌਲੀ ਸਾਹਮਣੇ ਆ ਜਾਏਗਾ ਵੀ ਇਹਨੇ ਕਿੰਨਿਆਂ ਨਾਲ ਠੱਗੀਆਂ ਮਾਰੀਆਂ। ਅਜੇ ਤਫਤੀਸ਼ ਜਾ ਰਹੀ ਹੈ। ਨਹੀਂ, ਪਹਿਲਾਂ ਅਜੇ ਤੱਕ ਨੋਟਿਸ 'ਚ ਨਹੀਂ ਕੋਈ ਆਇਆ ਜੀ। ਦੌਰਾਨੇ ਤਫਤੀਸ਼ ਜਿਹੜੀ ਵੀ ਗੱਲ ਆਏਗੀ ਉਹ ਫਿਰ ਉਹਦੇ ਨਾਲ ਉਹਦੀ ਬਣਦੀ ਕਾਰਵਾਈ ਕੀਤੀ ਜਾਏਗੀ।